अस्सलाम वालेकुम। क्या हाल है? ठीक हो? सभी ठीक हो? अच्छा नाम से सभी ठीक है? सज्जवा नाम अल्हम्दुलिल्लाह जो पते बहुत बहुत शान है। सब थोड़ा टिके से घा जाके घा करते जानवर कटते घाट पे से घास तो कुछ जानवर कटे से काटते दे हूँ इन्हों को पानी पिले को पानी पिला दे वाले ना को दूध दिए को दूध दोहे दे दत्ता के वाल कढ़े सो क्या है बड़े सो चाय बड़े सो गर्मी इतनी है इतनी गर्मी बहुत सारी गर्मी है ताकि नींद दे वे चिदा दवा दाओ तो बड़ी सकून कहनी जे है तो बहुत गर्मी है बहुत गर्मी है। देखो बाल हैं तो जटे जटे दांत करें नदी करें पहले दे जटे जटे दांत करें जब ही घंटे नहीं मत दे वैसे कितनी दफा दांत हैं दो चार पांच दफा दांत हैं काफी ज्यादा सही में चार पांच दफा दे दो तो वाले ज्यादा दांत हो सके तकरीबन गर्मी आ रही है तब हम गर्मी गर्मी दांत नहीं है दाढ़ी गर्मी पानी पी वो जटे जटे वाली ताकि गर्मी नहीं लांदी ਜਿਵੇਂ ਕੋਈ ਠੰਡੀ ਚੀਜ਼ ਹੋਵੇ ਜਿਹੜੀ ਪੀਣ ਕੁਝ ਵੱਧ ਕਰੀ ਬੰਦੇ ਸਕੂਨ ਆਵੇ ਤੇ ਨਾ ਤਾਂ ਬਹੁ ਗਰਮੀ ਬਹੁ ਗਰਮੀ ਬਹੁ ਤੇਜ਼ ਪਾਣੀ ਗੇ ਨਾ ਪਾਣੀ ਚੱਲੇ ਦੇ ਘਣਾ ਪਾਣੀ ਗੇ ਨਾ ਵੇ ਪੀਆ ਵੇ ਆ ਕੇ ਗਰਮੀ ਐਡਾ ਮਜੋ ਬਿਨਾ ਪਾਣੀ ਆਪਣਾ ਘਰ ਬਣੇ ਨੇ ਚਾ ਪੀ ਗਿਨੇ ਨਿਬੋ ਸਾੜ ਤੇ ਇਸੇ ਹੀ ਪੀਵੋ ਚਾ ਇਤਨਾ ਪਾਣੀ ਜਾ ਗਏ क्या फायदा मुहर्रम है कहा का जरा कदीन दे मुहर्रम अच्छे ते उंदा पानी गिनन गेन आवाम से लेंदी पियो दी जी ते ओवर पानी खत्म थी गया। अस्सलाम वालेकुम। क्या हाल है? ठीक हो? खुश हो? तबे से है ठीक है वे शुक्र है अल्हम्दुलिल्लाह मैं भी ठीक हूँ जी। वेलकम करते हैं ਅੱਜ ਦੋਸਤਾਂ ਨਾਲ ਜੋ ਵਿਆਹਾਂ ਨਾਲ ਥੋੜ੍ਹਾ ਮਸ਼ਵਰਾ ਗਿਣੋਏ ਮਸ਼ਵਰਾ ਇਹ ਗਿਣੋਏ ਜੋ ਇੱਥਾਂ ਇੱਕ ਜਗ੍ਹਾ 'ਤੇ ਨਾ ਥੋੜ੍ਹਾ ਲਵੇ ਮੋਟਰ ਪਾਣੀ ਵਾਲੀ। ਅੱਛਾ ਮੈਂ ਦੇਖਣਾ ਮਤਲਬ ਚੈੱਕ ਕਰਨ ਜੋ ਹੀ ਜਗ੍ਹਾ 'ਤੇ ਪਾਣੀ ਵਾਲੇ ਮੋਟਰ ਲਵਾਓ ਇਹ ਜਿਹੜਾ ਨਾ ਇੱਕ ਦੀਵਾਰ ਸੀ ਬਈ ਇਹ ਦੀਵਾਰ ਹੀ ਜਗ੍ਹਾ 'ਤੇ ਥੋੜ੍ਹਾ ਖੜਾ ਬਣਵੇ ਸੀ ਮਜ਼ੀਦ ਇੱਥੋਂ ਲੱਗ ਜਿਹੜਾ ਪਾਣੀ ਇੱਡੂ ਸੀ ਨਾ ਇਹ ਸੈੱਲ ਨਿਕਲਵੇ ਸੀ ਜਿਹੜੀ ਇਹ ਸੈੱਲ ਜਾਏ ਸੈੱਲ ਇੱਡੂ ਨਿਕਲ ਵੇ ਸੀ ਨਾ ਇਹ ਜਿਹੜਾ ਜੰਤਰ ਪੂਰਾ ਪਿਆ ਸਾਰਾ ਜਾਂ ਇੰਦੂ ਪਾਣੀ ਲਾ ਦਿਸੋ ਜਾਂ ਇੰਦੂ ਇਹ ਜਗ੍ਹਾ ਖਾੜਾ ਬਣਵਾ ਦੇ ਸਹੀ ਤਰੀਕੇ ਦਾ ਇਹ ਜਗ੍ਹਾ ਪੌਦੇ ਲਵੇ ਨੇ ਪਾਣੀ ਵਾਲੀ ਪਲੇਟਾਂ ਲਈ ਮੋਟਰ ਤਾਂ ਕਿ ਧਾਊ ਸਹੀ ਉਹਨ ਪਾਣੀ ਹੈ ਥੋੜ੍ਹਾ ਅਤੇ ਸਹੀ ਮੋਟਰ ਲਵੇ ਨੇ ਪਲੇਟ ਲਈ ਪਾਣੀ ਇਨ ਆਮ ਤਾਮ ਇਨ ਪਾਣੀ ਵਧਦਾ ਸੀ ਕਿਉਂ ਵਧਦਾ ਸੀ ਹੁਣ ਇਹ ਜਾਂ ਥੋੜ੍ਹੀ ਵਜ੍ਹਾ ਤੋਂ ਪਰੇਸ਼ਾਨੀ ਇਹ ਹੈ ਜੋ ਤਾਂ ਪਾਣੀ ਕੱਢਣ ਜਾ ਕੇ ਨਹੀਂ ਇੰਨੇ ਚਲੋ ਇਹ ਹੁੰਡੇ ਦੇ ਪਵੇ ਇਹ ਸਾਰਾ ਧਾਨ ਹੈ ਇਹ ਸਾਰੀ ਦੀਵਾਰ ਪਈ ਹੈ ਇਹ ਵਜ੍ਹਾ ਦੱਸਿਆ ਕਿ ਥੋੜ੍ਹਾ ਥਾਈ ਲਵਾਓ ਮੋਟਰ ਪਲੇਟਾਂ ਵਾਲੀ ਪਾਣੀ ਇਹ ਨਹੀਂ ਕਿਹਾ ਜੇਕਰ ਧਾਤੀ ਰੱਖੋ ਸਾਰਾ ਕੁਝ ਕੀਤੇ ਰੱਖੋ ਇਹ ਵਜ੍ਹਾ ਦੱਸਿਆ ਮੈਂ ਇਹ ਸਾਡੀ ਵੱਲੀ ਕਰੀ ਹਵੇਲੀ ਅੱਛਾ ਜੀ ਇਹ ਦਰਵਾਜ਼ਾ ਰੱਖਿਆ ਕਰੇ ਛੋਟਾ ਜਿਹਾ
ਅੱਛਾ ਜੀ, ਅਸੀਂ ਹੁਣ ਇੱਥੇ ਆ ਗਏ ਹਾਂ। ਇਹ ਸਾਡੀ ਹਵੇਲੀ ਹੈ ਨਾ, ਅਸੀਂ ਹਵੇਲੀ ਤੋਂ ਇਹ ਪ੍ਰੈਕਟਿਸ ਸਾਡਾ ਬੋਰ ਸੀ ਆ ਕਰਾਈ। ਅੱਛਾ, ਅਸੀਂ ਬੋਰ ਸੀ ਜਦ ਅਸੀਂ ਹੁਣ ਅਸੀਂ ਮਸ਼ਵਰਾ ਯੂ ਕੀਤੇ ਸੀ, ਜੋ ਅਸੀਂ ਬੋਰ ਤੋਂ ਉੱਤੋਂ ਨਾ ਅਸੀਂ ਲਵਾਓ ਪਲੇਟ ਵਾਲੀ ਮੋਟਰ। ਅੱਛਾ, ਅਸੀਂ ਬੋਰ ਤੋਂ ਉੱਤੋਂ ਲਵਾਓ ਪਲੇਟ ਵਾਲੀ ਮੋਟਰ, ਇਹਦੇ ਪੈਂਪ ਉਡੂ ਕੱਢ ਗਏ ਸੋ, ਪਸੰਦ ਮਤਲਬ ਪਾਣੀ ਨਿਕਲਦਾ ਰਹੇ, ਜਾਂ ਭਾਵੇਂ ਇਡੂ ਨਿਕਲਦਾ ਰਹੇ ਤਾਂ ਭਾਵੇਂ ਉਡੂ ਨਿਕਲਦਾ ਰਹੇ। ਗਲੋ ਦੋਸਤਾਂ ਨਾਲ ਮੁਹੱਬਤ ਹੈ, ਤਾਂ ਕੋਈ ਤਾਮਨ ਕਰੇ ਸੋ, ਸਪੋਰਟ ਕਰੇ ਸੋ, ਸਭ ਫੁੱਲ ਮਜ਼ੀਦ ਐਪਤੀ ਸੇ ਕੋਈ ਜਾ ਵਗੈਰਾ ਮਾਹੌਲ ਅੱਛਾ ਖਾਸਾ ਬਣਾ ਕੇ ਉਹਨੂੰ ਸਹੀ ਤਰੀਕੇ ਦੇ ਤੁਹਾਡੇ ਸਪੋਰਟ ਨਾਲ, ਤੁਹਾਡੇ ਤਾਵਾਂ ਨਾਲ, ਸਭ ਕੁਝ ਜਿਤਨਾ ਸਪੋਰਟ ਤਾਮਨ ਕਰੇ। ਅੱਛਾ, ਇਹ ਬਾਰਿਸ਼ ਹੈ ਨਾ, ਇਹ ਵਿੱਚ ਨਿੱਕੇ ਨਿੱਕੇ ਇੱਕ ਸ਼ੇ ਜੰਮੀ ਪਈ ਹੈ, ਇਹ ਕੋਦਵਲ ਦਾ ਪਿੱਤਾ ਬੀਜ ਹੈ, ਪਤਾ ਨਹੀਂ ਕਿਆ ਸ਼ਾ, ਇਹ ਜੰਮਿਆ ਪਏ ਪਏ। ਇਹ ਦੇਖੋ, ਇਹ ਦੇਖੋ, ਇਹ ਸਾਰੀ ਕੁਝ ਜੰਮਿਆ ਪਏ। ਪਲੀਜ਼ ਮਿਹਰਬਾਨੀ ਥੀ ਸਕੇ ਦੋਸਤਾਂ ਨਾਲ, ਮੁਹੱਬਤ ਨਾਲ, ਪਲੀਜ਼ ਮਿਹਰਬਾਨੀ ਕਰੋ, ਸਭ ਤਾਵਨ ਕਰੋ, ਸਪੋਰਟ ਕਰੋ, ਅਸੀਂ ਇਹ ਜ਼ਿਆਦਾ ਕੋਈ ਅੱਛੇ ਖਾਸੇ ਘਰ ਬਣਵਾ ਕੇ ਉਹਨੂੰ ਬਰਾਂਡੇ ਵਾਲੇ, ਜੋ ਉੱਥੇ ਮੋਟਰ ਲੱਗ ਪੈਂਦੀ, ਉੱਥੇ ਚੌਂਟੇ ਮੋਟਰ ਲੱਗ ਪੈਂਦੀ, ਜੋ ਉੱਥੇ ਗੁਸਲਖਾਨਾ ਬਣਵਾ ਕੇ ਉਹਨੂੰ, ਇਹੀ ਹੈ ਦਰਵਾਜ਼ਾ, ਇਸ ਵਾਸਤੇ ਦਰਵਾਜ਼ਾ ਰੱਖੇ ਸੀ। ਇਹ ਪੂਰੀ ਥੋੜ੍ਹੀ ਸੈੱਲ ਖੁੱਰਦੀ ਹੈ, ਹਜ਼ਾਰ ਸੈੱਲ, ਹਜ਼ਾਰ ਸੈੱਲ ਹੀ ਗਿਣੀ ਹੈ। ਅਤੇ ਮਜ਼ੀਦ ਮਿਹਰਬਾਨੀ ਕਰੋ, ਸਾਡੇ ਚੈਨਲ ਕੋ ਫੁੱਲ ਸਪੋਰਟ ਕਰੋ, ਫੁੱਲ ਤਾਵਨ ਕਰੋ, ਤਾਂ ਕਿ ਅਸੀਂ ਇਤਨੀ ਮਿਹਨਤ ਕਰ ਸਕਦੇ ਹਾਂ, ਇਤਨੀ ਮਿਹਨਤ ਸਭ ਕੁ ਬਹੁ ਫਲ ਮਿਲਿਆ। ਦੇਖੋ, ਅਸੀਂ ਹੁਣ ਮਜ਼ੀਦ ਦੇਖਣ ਉਹ ਸਾਹਮਣੇ, ਅਸੀਂ ਹੁਣ ਇਹ ਮਿੱਟੀ ਡਵੈਸੇ ਪਲੀਜ਼ ਹੁਣ ਅਸੀਂ ਚੱਲਦੇ ਹਾਂ, ਉਹਦਾ ਆਫਿਸ।